ਸਭ ਤੋਂ ਪਹਿਲਾਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਹੈਲੋ ਐਂਡ ਵੈਲਕਮ। ਅੱਜ ਮੈਂ ਮੂਵੀ ਰਿਵਿਊ ਕਰਨ ਜਾ ਰਿਹਾ, ਉਸਦਾ ਨਾਮ ਹੈ ਭਲਵਾਨ ਸਿੰਘ, ਜਿਸਦੇ ਮੁੱਖ ਕਿਰਦਾਰ ਨੇ ਰਣਜੀਤ, ਬਾਵਾ, ਮਾਨਵ ਵਿੱਚ, ਨਵਪ੍ਰੀਤ ਬਾਂਗਰਾ, ਕਰਮਜੀਤ, ਅਨਮੋਲ, ਜੋ ਕਿ ਇਹਦੇ ਫਿਲਮ ਦੇ ਮੇਨ ਕਿਰਦਾਰ ਨੇ, ਅਤੇ ਇਸ ਮੂਵੀ ਨੂੰ ਡਾਇਰੈਕਟ ਕੀਤਾ ਹੈ ਪਰਮ ਸ਼ਿਵ ਨੇ। ਇਹ ਮੂਵੀ ਅੰਗਰੇਜ਼ਾਂ ਦੇ ਜਦੋਂ ਹਕੂਮਤ ਕੀਤੀ ਹੋਈ ਸੀ ਇੰਡੀਆ 'ਤੇ, ਸਪੈਸ਼ਲੀ ਇਹਦੇ ਇਸ ਮੂਵੀ ਦੇ ਵਿੱਚ ਪੰਜਾਬ ਵਾਲੀ ਜਗ੍ਹਾ ਦਿਖਾਈ ਗਈ ਹੈ, ਪਾਕਿਸਤਾਨ ਦੀ ਏਰੀਆ, ਲਾਹੌਰ ਵਗੈਰਾ ਸਭ ਕੁਛ, ਯਾਨੀ ਕਿ ਮਿਕਸ ਕਰਕੇ ਇੱਕ ਏਰੀਆ ਦਿਖਾਇਆ ਗਿਆ ਉਦੋਂ ਅੰਗਰੇਜ਼ ਸਾਡੇ ਉੱਤੇ ਰਾਜ ਕਰਦੇ ਸਨ। ਅਤੇ ਬਲਵਾਨ ਸਿੰਘ ਜੋ ਕਿ ਇੱਕ ਐਸਾ ਬੰਦਾ ਜੋ ਕਿ ਆਪਣੇ ਪਿੰਡ ਲਈ ਕੁਛ ਨਾ ਕੁਛ ਕਰਨਾ ਚਾਹੁੰਦਾ ਸੀ, ਆਪਣਾ ਨਾਮ ਪਿੰਡ ਦੇ ਵਿੱਚ ਦਿਖਾਉਣ ਲਈ, ਤਾਂ ਕਿ ਮੈਨੂੰ ਵੀ ਮੇਰੇ ਨਾਮ ਨਾਲ ਸਾਰੇ ਜਣੇ ਜਾਣਨ, ਅਤੇ ਉਹ ਇਸ ਚੱਕਰ ਦੇ ਵਿੱਚ ਕੁਛ ਨਾ ਕੁਛ ਐਸਾ ਕਰਦਾ ਰਹਿੰਦਾ ਹੈ ਜਿਸ ਦੇ ਨਾਲ ਪਿੰਡ ਵਾਲੇ ਉਹਦੀ ਰੱਜ ਕੇ ਬੇਇੱਜ਼ਤੀ ਕਰਦੇ ਹਨ, ਉਹਦਾ ਦੋਸਤ ਨਾਲ ਕਰਮਜੀਤ ਅਨਮੋਲ, ਉਹਦੀ ਵੀ ਲੋਕ ਰੱਜ ਕੇ ਬੇਇੱਜ਼ਤੀ ਕਰਦੇ ਹਨ, ਗੋਰੇ ਵੀ ਉਹਨਾਂ ਨੂੰ ਭਜਾਉਂਦੇ ਹਨ, ਅਤੇ ਜਿਹੜੇ ਗੋਰਿਆਂ ਦੇ ਵਿੱਚ ਪੰਜਾਬੀ ਮੁੰਡੇ ਵੀ, ਯਾਨੀ ਕਿ ਪੰਜਾਬੀ ਜਨਤਾ ਵੀ ਜਿੱਥੇ ਪੁਲਿਸ ਦੀ ਨੌਕਰੀ ਕਰਦੀ ਸੀ, ਉਹ ਵੀ ਉਹਨਾਂ ਨੂੰ ਕਈ ਵਾਰ ਡੰਡੇ ਮਾਰ ਕੇ ਭਜਾਉਂਦੀ, ਉਹਨਾਂ ਦਾ ਮਖੌਲ ਕਰਦੀ ਹੈ, ਅਤੇ ਇਹ ਸਾਰੀ ਚੀਜ਼ਾਂ ਉਹਨਾਂ ਨੂੰ ਪਸੰਦ ਨਹੀਂ ਆਉਂਦੀਆਂ, ਪਰ ਫਿਰ ਵੀ ਉਹ ਇਹੋ ਜਿਹੀ ਚੀਜ਼ਾਂ ਕਰਦੇ ਰਹਿੰਦੇ ਹਨ ਤਾਂ ਕਿ ਉਹ ਪਿੰਡ ਦੇ ਵਿੱਚ ਆਪਣਾ ਨਾਮ ਬਣਾਈ ਰੱਖਣ। ਅਤੇ ਇਸ ਮੂਵੀ ਦੇ ਵਿੱਚ ਇੱਕ ਬੜੀ ਵਧੀਆ ਚੀਜ਼ ਦਿਖਾਈ ਗਈ ਹੈ ਕਿ ਤੁਸੀਂ ਛੋਟੀ ਛੋਟੀ ਚੀਜ਼ਾਂ ਤੋਂ ਕਾਫ਼ੀ ਵੱਡੀਆਂ ਚੀਜ਼ਾਂ ਸਿੱਖਦੇ ਹੋ, ਭਾਵੇਂ ਉਹ ਨੈਗੇਟਿਵ ਹੈ ਭਾਵੇਂ ਪੋਜ਼ਿਟਿਵ ਹੈ, ਲੇਕਿਨ ਛੋਟੀ ਛੋਟੀ ਚੀਜ਼ਾਂ ਕਰਦੇ ਰਹਿੰਦੇ ਹੋ ਤਾਂ ਉਹਦੇ ਨਾਲ ਇੱਕ ਨਾ ਇੱਕ ਦਿਨ ਤੁਸੀਂ ਵੱਡਾ ਕੰਮ ਜ਼ਰੂਰ ਸਿੱਖ ਲੈਂਦੇ ਹੋ। ਜਿਵੇਂ ਕਿ ਇਸ ਮੂਵੀ ਦਾ ਮੁੱਖ ਕੰਮ ਹੈ ਕਿ ਗੋਰੇ ਧਨ ਦੌਲਤ ਲੁੱਟ ਲਏ, ਹੀਰੇ ਜਵਾਹਰਾਤ ਲੁੱਟ ਲਏ, ਅਤੇ ਉਸ ਤੋਂ ਬਾਅਦ ਜ਼ਮੀਨਾਂ 'ਤੇ ਕਬਜ਼ਾ ਕਰਕੇ ਉੱਥੇ ਕੁਛ ਨਾ ਕੁਛ ਬਣਾਉਣਾ ਚਾਹੁੰਦੇ ਹਨ, ਅਤੇ ਹੁਣ ਇੱਕ ਜੇ ਤਾਲਾ ਤੋੜਨ ਦੀ ਵੀ ਗੱਲ ਹੈ, ਅਤੇ ਆਪਣੇ ਪੰਜਾਬੀ ਜਾਂ ਇੰਡੀਆ ਦੀ ਜਨਤਾ, ਸ਼ਾਇਦ ਇਸ ਮੂਵੀ ਦੇ ਅਕੋਰਡਿੰਗ ਇਹ ਦਿਖਾਇਆ ਗਿਆ ਕਿ ਅੰਗਰੇਜ਼ ਛੋਟੇ ਛੋਟੇ ਕੰਮ ਕਰਕੇ ਅੱਗੇ ਵੱਧ ਗਏ, ਲੇਕਿਨ ਆਪਾਂ ਦੇਖਦੇ ਜਾਂਦੇ ਹਾਂ ਕਿ ਹਾਏ ਅੰਗਰੇਜ਼ਾਂ ਨੇ ਕੀ ਬਣਾ ਲਿਆ ਕੀ ਬਣਾ ਲਿਆ, ਅਤੇ ਆਪਾਂ ਉਸ ਉਹਨਾਂ ਨੂੰ ਦੇਖ ਕੇ ਸੋਚਦੇ ਵੀ ਪਤਾ ਨਹੀਂ ਕਿੱਡੇ ਵੱਡੇ ਬੰਦੇ ਆ, ਲੇਕਿਨ ਜਦੋਂ ਆਪਾਂ ਕਰੀਬੀ ਚੀਜ਼ਾਂ ਦੇਖਦੇ ਹਾਂ ਤਾਂ ਉਹ ਚੀਜ਼ਾਂ ਸਾਰੀਆਂ ਫੈਮੀਲੀਅਰ ਹੁੰਦੀਆਂ, ਸਾਡੀਆਂ ਦੇਖ ਰੇਖ 'ਚ ਹੁੰਦੀਆਂ, ਜਿਵੇਂ ਕਿ ਤਾਲਾ ਤੋੜਨਾ ਬਿਨਾਂ ਚਾਬੀ ਤੋਂ ਤਾਰ ਨਾਲ, ਅਤੇ ਉਹ ਬੜੀ ਹੀ ਨੋਰਮਲ ਚੀਜ਼ ਉਸ ਟਾਈਮ ਅੰਗਰੇਜ਼ ਨੇ ਕਰ ਲਈ, ਅਤੇ ਉਹਨੂੰ ਪਤਾ ਲੱਗ ਗਿਆ ਰਣਜੀਤ ਬਾਵੇ ਨੂੰ, ਭਲਵਾਨ ਸਿੰਘ ਨੂੰ, ਅਤੇ ਉਹਨੇ ਵੀ ਅੱਗੇ ਕੀਤਾ ਉਹ ਕੰਮ। ਅਤੇ ਇਸ ਤਰੀਕੇ ਨਾਲ ਛੋਟੀ ਛੋਟੀ ਚੀਜ਼ਾਂ ਨਾਲ ਵੱਡੀਆਂ ਚੀਜ਼ਾਂ ਸਿੱਖਦੇ ਹਾਂ, ਅਤੇ ਫਿਲਮ ਦੇ ਵਿੱਚ ਇਹ ਚੀਜ਼ਾਂ ਵੀ ਦਿਖਾਈ ਗਈਆਂ, ਅਤੇ ਇਹ ਵੀ ਦਿਖਾਈ ਗਈ ਹੈ ਕਿ ਦਲੇਰੀ ਕਰਨੀ ਕਦੀ ਨਹੀਂ ਛੱਡਣੀ ਚਾਹੀਦੀ, ਦਲੇਰ ਆਪਣੇ ਆਪ ਨੂੰ ਬਣਨਾ ਚਾਹੀਦਾ, ਸਿਰਫ ਭਲਵਾਨ ਸਰੀਰਕ ਭਲਵਾਨ ਵੀ ਨਹੀਂ ਹੋਣਾ ਚਾਹੀਦਾ, ਮਤਲਬ ਦਿਮਾਗੀ ਭਲਵਾਨ ਵੀ ਹੋਣਾ ਚਾਹੀਦਾ, ਅਤੇ ਇਹ ਸਾਰਾ ਕੁਛ ਫਿਲਮ ਦੀ ਸਟੋਰੀ ਦੇ ਵਿੱਚ ਅਤੇ ਇਹਦਾ ਓਵਰਆਲ ਦਿਖਾਇਆ ਗਿਆ। ਹੁਣ ਮੈਂ ਐਕਟਿੰਗ ਦੀ ਗੱਲ ਕਰਾਂਗਾ, ਰਣਜੀਤ ਬਾਵੇ ਦੀ ਐਕਟਿੰਗ, ਜੋ ਕਿ ਪਹਿਲੀ ਫੁੱਲ ਫੀਚਰ ਫਿਲਮ ਹੈ, ਅਤੇ ਇਸ ਫਿਲਮ ਦੇ ਵਿੱਚ ਰਣਜੀਤ ਬਾਵੇ ਨੇ ਸ਼ੁਰੂ ਦੇ ਵਿੱਚ ਕੌਮੇਡੀ ਦਾ ਰੋਲ ਦਿਖਾਇਆ ਗਿਆ, ਅਤੇ ਐਕਟਿੰਗ ਵੀ ਐਸੀ ਕੀਤੀ ਹੈ, ਅਤੇ ਬੋਡੀ ਲੈਂਗੁਏਜ ਬੜੀ ਵਧੀਆ ਦਿਖਾਈ ਹੈ, ਅਤੇ ਉਸ ਤੋਂ ਬਾਅਦ ਜਦੋਂ ਉਹ ਭਲਵਾਨ ਸਿੰਘ ਹੈ, ਮਤਲਬ ਇਹੋ ਜਿਹਾ ਕੁਛ ਕੋਸ਼ਿਸ਼ ਕਰਦਾ ਆਪਣੇ ਪਿੰਡ ਦਾ ਨਾਮ ਰੋਸ਼ਨ ਕਰਨ ਲਈ, ਤਾਂ ਬੋਡੀ ਲੈਂਗੁਏਜ ਦੇ ਵਿੱਚ ਵੀ ਇੱਕ ਤਰੀਕੇ ਦਾ ਗਰੂਰ ਆ ਜਾਂਦਾ, ਤਾਂ ਉਹ ਵਧੀਆ ਦਿਖਾਇਆ ਗਿਆ, ਕਾਫ਼ੀ ਅੱਛੀ ਐਕਟਿੰਗ ਕੀਤੀ ਹੈ, ਅਤੇ ਨਵਪ੍ਰੀਤ ਬਾਂਗਰਾ ਉਹਨਾਂ ਨੇ ਕਾਫ਼ੀ ਅੱਛੀ ਐਕਟਿੰਗ ਕੀਤੀ ਹੈ, ਮਾਨਵ ਵਿੱਚ ਜੋ ਕਿ ਕਾਫ਼ੀ ਵੱਡੀ ਫਿਲਮਾਂ ਦੇ ਵਿੱਚ ਵੀ ਆ ਚੁੱਕੇ ਆ, ਵਧੀਆ ਐਕਟਿੰਗ ਕੀਤੀ ਹੈ, ਅਤੇ ਕੁਛ ਗੋਰੇ ਨੇ ਉਹਨਾਂ ਰੋਲ ਕੀਤਾ, ਅਤੇ ਉਹ ਵੀ ਕਾਫ਼ੀ ਅੱਛਾ ਉਹਨਾਂ ਨੇ ਕੰਮ ਕੀਤਾ, ਓਵਰਆਲ ਕਾਫ਼ੀ ਵਧੀਆ ਕੰਮ ਕੀਤਾ। ਐਡੀਟਿੰਗ ਦੇ ਵਿੱਚ ਥੋੜ੍ਹੀ ਬਹੁਤੀ ਗੜਬੜਾਂ ਨੇ, ਮਤਲਬ ਕਈ ਵਾਰ ਕਿਸੇ ਸੀਨ ਦੇ ਵਿੱਚ ਜੱਫੀ ਬਾਏ ਖੜ੍ਹਾ ਤਾਂ ਦੂਜੇ ਸੀਨ 'ਚ ਹੱਥ ਪਿੱਛੇ ਕਰਕੇ ਖੜ੍ਹਿਆ, ਲੇਕਿਨ ਵਧੀਆ ਬਣਾਈ ਗਈ ਹੈ, ਓਵਰਆਲ ਮੂਵੀ ਕਾਫ਼ੀ ਅੱਛੀ ਹੈ, ਯਾਨੀ ਕਿ ਬੋਰੀਅਤ ਘੱਟ ਹੈ, ਸਟੋਰੀ ਚੱਲੀ ਜਾਂਦੀ ਹੈ ਲਗਾਤਾਰ ਚੱਲੀ ਜਾਂਦੀ ਹੈ, ਵੀ ਨਹੀਂ ਸਟੋਰੀ ਖੜ੍ਹ ਜਾਂਦੀ ਹੈ, ਵਧੀਆ ਫਲੋ ਕੀਤਾ ਹੋਇਆ ਸਟੋਰੀ ਦਾ ਸਟਾਰਟ ਤੋਂ ਲੈ ਕੇ ਐਂਡ ਤੱਕ, ਅਤੇ ਡਾਇਰੈਕਸ਼ਨ ਵੀ ਉਸ ਤਰੀਕੇ ਨਾਲ ਵਧੀਆ ਕੀਤੀ ਹੋਈ ਹੈ, ਅਤੇ ਕੰਟੀਨਿਊਟੀ ਕਾਫ਼ੀ ਜ਼ਿਆਦਾ ਅੱਛੀ ਬਣਾ ਕੇ ਰੱਖੀ ਹੋਈ ਹੈ, ਬੋਰੀਅਤ ਨਹੀਂ ਹੁੰਦੀ, ਜਿਵੇਂ ਕਿ ਕੁਛ ਪੰਜਾਬੀ ਫਿਲਮਾਂ ਪਹਿਲਾਂ ਮੈਂ ਦੇਖੀਆਂ ਸੀ ਉਹਦੇ ਵਿੱਚ ਲੱਗ ਰਿਹਾ ਸੀ ਮੈਨੂੰ, ਅਤੇ ਇਸ ਤਰੀਕੇ ਨਾਲ ਮੂਵੀ ਠੀਕ ਹੈ, ਦੇਖੋ, ਗਾਣੇ ਵੀ ਵਧੀਆ ਨੇ, ਜ਼ਿਆਦਾ ਵਧੀਆ ਮਿਊਜ਼ਿਕ ਸੁਣੋਗੇ ਵਧੀਆ ਹਾਲ ਦੇ ਵਿੱਚ ਜ਼ਿਆਦਾ ਵਧੀਆ ਲੱਗਣਗੇ, ਅਤੇ ਉਸ ਤਰੀਕੇ ਨਾਲ ਗਾਣੇ ਫਿਲਮ ਦੇ ਅਕੋਰਡਿੰਗ ਕਾਫ਼ੀ ਅੱਛੇ ਬਣਾਏ ਗਏ ਨੇ, ਓਵਰਆਲ ਪੈਕੇਜ ਵਧੀਆ, ਅਤੇ ਮੈਂ ਮੂਵੀ ਨੂੰ 3 ਸਟਾਰ ਦੇਵਾਂਗਾ, ਅਤੇ ਮੈਂ ਟੀਮ ਭਲਵਾਨ ਸਿੰਘ ਅਤੇ ਸਾਰੇ ਮੈਂਬਰਾਂ ਨੂੰ ਮੁਬਾਰਕਾਂ ਦਿੰਦਾ। ਮੇਰਾ ਇੱਕ ਫੇਸਬੁੱਕ ਫਰੈਂਡ ਵੀ ਹੈ ਸ਼ਾਇਦ ਗੁਰਵਿੰਦਰ ਮੂਵੀ, ਜੋ ਕਿ ਇਹਦੇ ਵਿੱਚ ਮੈਂ ਫਿਲਮ ਦੇ ਵਿੱਚ ਉਹਦਾ ਨਾਮ ਵੀ ਪੜਿਆ ਮੁੰਡੇ ਦਾ, ਅਤੇ ਮੈਂ ਉਹਨੂੰ ਵੀ ਬਹੁਤ ਬਹੁਤ ਮੁਬਾਰਕ ਦਿੰਦਾ। ਧੰਨਵਾਦ।